ਆਇਆ ਦੋ ਕਿੱਲੇ ਬਣਦਾ ਸੀ 35,000 ਨੂੰ ਕਿੱਲਾ ਬਣਦਾ ਠੇਕੇ ਤੇ ਲੈਤਾ 12 ਸਪਰੇਹਾਂ ਕਰਤੀਆਂ ਅੱਛਾ ਕਿੰਨਾ ਸਪਰੇਹਾਂ ਦਾ ਖਰਚਾ ਕਿੰਨਾ ਸੀਗਾ 800 ਰੁਪਏ ਕਿੱਲਾ ਜਣੇ 1000 ਰੁਪਏ ਇੱਕ ਵਾਰੀ ਦਾ ਲੱਗਦਾ ਸੀਗਾ ਸਪਰੇ ਤੇ ਅੱਛਾ 12-13,000 ਦੀ ਕਿੱਲੇ ਤੇ ਸਪਰੇ ਹੋ ਗਈ ਅੱਛਾ ਜੀ ਤੇ ਬਚਦਾ ਤੁਹਾਨੂੰ ਪਤਾ ਵੀ ਡੱਕਾ ਖਾਦ ਖੁਦ ਖਾਦ ਕਿੰਨੀ ਖਾਦ ਵੀ ਸਾਰੇ 3-3 ਕੱਟੇ ਦਾ ਯੂਰੀਆ ਦੇ ਪਾਈ ਹੈ ਤੇ ਇੱਕ ਥੱਲੇ DAP ਦਾ ਕਿੰਨਾ ਖਰਚਾ ਆ ਗਿਆ ਸੀ ਖਰਚਾ ਤਾਂ ਜੀ ਉਹ ਤੇ ਹੁਣ ਸਾਨੂੰ 35 ਦਾ ਤਾਂ ਇਹ ਲਾ ਲਓ ਤੁਸੀਂ ਸਮਝਦੇ ਤੂੰ 4,000 ਠੇਕੇ ਦਾ ਤੇ ਘੱਟ ਤੋਂ ਘੱਟ 12,000 ਰੁਪਇਆ ਸਪਰੇਹਾਂ ਦਾ ਹੋ ਗਿਆ ਤੇ ਬਾਕੀ ਸਿਰੇ ਮਤਲਬ ਵੀ 4,000 ਰੁਪਇਆ ਚ 5,000 ਰੁਪਇਆ ਇਹਦਾ ਹੋ ਗਿਆ ਖਾਦ ਦਾ ਤੇ ਬੀਜ ਦਾ ਹੋ ਗਿਆ 2,000 ਦਾ ਬੀਜ ਹੋ ਗਿਆ 3,000 ਰੁਪਇਆ ਵਾਹੀ ਹੋਈ ਵਾਹੀ ਲੇਬਰ ਦੂਜੀ ਕਿੰਨੀ ਵਾਹੀ ਲੇਬਰ ਵੀ ਸਾਰੀ ਕਰਾਈ ਦੀ ਹੈ ਜੀ ਕਿੰਨਾ ਖਰਚਾ ਹੋ ਗਿਆ ਟੋਟਲ 25 ਕਿੱਲੇ ਦਾ ਤੇ ਮਗਰ ਹੁਣ ਖਤਮ ਹੈ ਤੁਹਾਨੂੰ ਦਿਖਾ ਦਿੰਦੇ ਮੌਕਾ ਜਾ ਕੇ ਠੀਕ ਹੈ ਜੀ ਹੋਰ ਕਿਹੜੇ ਬੰਦੇ ਨੇ ਦੇਣੀ ਅਸੀਂ 50,500 ਨੂੰ ਲਿਆ ਸੀਗਾ ਨਰਮਾ ਨਰਮਾ ਬੀਜੋ ਨਰਮੇ ਵਾਲਾ ਨਰਮੇ ਵਾਲਾ ਬਾਹਰ ਸੀ ਹਾਂ ਉਹਦੇ ਤੇ ਸਾਡਾ ਤੁਸੀਂ ਲਾ ਵੀ ਇੱਕ DAP 1,000 ਰੁਪਏ ਦਾ ਕੱਟਾ ਤਿੰਨ ਯੂਰੀਆ ਦੀਆਂ 1,700 ਰੁਪਇਆ ਤੇ ਤੁਸੀਂ ਲਾ ਲਓ ਸਾਡੇ ਆਡਾ ਟਰੈਕਟਰ ਆਪਦਾ ਉਹਦੇ ਕਰਕੇ ਸਾਡਾ 1,500 ਤੇਲ ਮੱਚ ਗਿਆ ਹਾਈ ਵੇਲ ਪਹਿਲਾਂ ਤੇ 200-200 ਤੇਲ ਸਾਡਾ 3 ਵਾਲੀ ਸੀਲਨ ਤੇ ਮੱਚ ਗਿਆ 2,500 ਰੁਪਇਆ ਉਹ ਹੋ ਗਿਆ 2,000 ਦਾ ਬੀਜ ਹੋ ਗਿਆ ਜੀ ਤੇ ਤੁਸੀਂ ਲਾ ਲਓ ਬਾਕੀ ਸਪਰੇ ਦਾ 10,000 ਦੀ ਸਪਰੇ ਹੋ ਗਈ ਸਾਡਾ ਘੱਟ ਤੋਂ ਘੱਟ 70,000 ਰੁਪਇਆ ਖਰਚਾ ਆ ਗਿਆ ਤੇ ਬਾਕੀ ਤੁਸੀਂ ਲਾ ਲਓ ਆਪਣਾ ਵਿਆਜ ਤੇ ਬਾਂਹ ਚੱਕਿਆ ਲਿਆ 1,50 ਸੈਂਕੜਾ ਉਹਦਾ ਲਾ ਲਓ ਤੁਸੀਂ ਘੱਟ ਤੋਂ ਘੱਟ ਮੇਰੇ ਹਿਸਾਬ ਚ 3,000 ਰੁਪਇਆ ਵਿਆਜ ਬਣ ਜੂ ਬਹੁਤ ਵੱਡਾ ਨੁਕਸਾਨ ਸਾਨੂੰ ਪੰਜਾਬ ਸਰਕਾਰ ਨੇ ਕੁਛ ਨੀ ਦਿੱਤਾ ਜੀ ਸਾਨੂੰ ਤਾਂ ਪੰਜਾਬ ਸਰਕਾਰ ਦੇਖਣ ਕੋਈ ਸਰਵੇ ਕਰਨ ਆਇਆ ਕੋਈ ਸਰਵੇ ਕਰਨ ਆਇਆ ਪੰਜਾਬ ਸਰਕਾਰ ਦਾ ਸਰਵੇ ਕਰਨ ਤਾਂ ਉਦੋਂ ਬਾਅਦ ਕੀ ਹੋਇਆ ਵੀ ਜਿਹੜੇ ਇੰਸਪੈਕਟਰ ਭੇਜਿਆ ਉਹ ਜਲੰਧਰ ਹੁਸ਼ਿਆਰਪੁਰ ਦੇ ਭੇਜਤੇ ਜਿਹੜੇ ਕਹਿੰਦੇ ਯਾਰ ਨਰਮਾ ਤਾਂ ਦਿਖਾ ਦੇ ਤੁਸੀਂ ਜੇ ਉਹ ਅਸੈਸਮੈਂਟ ਕਰਨ ਆਏ ਆ ਤੇ ਪਟਵਾਰੀ ਦੇ ਨਾਲ ਜਾ ਕੇ ਕਹਿੰਦੇ ਇਹਨੂੰ 50% ਲਿਖ ਲਓ ਕਹਿੰਦਾ ਹੈ ਤਾਂ 100% ਡੈਮੇਜ 50 ਕਿਉਂ ਲਿਖੇ ਫਿਰ ਕਹਿੰਦਾ ਗੌਰਮੈਂਟ ਕਹੂ ਵੀ ਘਰੇ ਬੈਠਿਆਂ ਨੇ ਲਿਖਤਾ ਜੇ ਪੰਜਾਬ ਸਾਰਿਆਂ ਨੂੰ 100% ਲਿਖਦੇ ਆ ਤਾਂ ਵੀ ਘੱਟ ਵੱਧ ਕਰ ਲਿਆ ਕਰੋ ਆਹ ਹਾਲ ਹੈ ਉਹਨਾਂ ਦਾ ਪੰਜਾਬ ਗੌਰਮੈਂਟ ਤਾਂ ਕਹਿੰਦੀ ਜੀ ਕਹਿੰਦੇ ਤੁਸੀਂ ਨਾ ਕਿ ਬੀ ਆਪਦੀ ਮਰਜ਼ੀ ਨਾਲ ਬੀ ਖਰੀਦੇ ਆ ਤੁਸੀਂ ਸਪਰੇਹਾਂ ਯੂਨੀਵਰਸਿਟੀ ਦੇ ਅੰਡਰ ਨਹੀਂ ਛਿੜਕੀਆਂ ਥੋੜਾ ਤਾਂ ਨੁਕਸਾਨ ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜੀ ਹੁਣ ਉਮਰ ਲੰਘੀ ਸਾਨੂੰ ਖੇਤੀ ਕਰਦੇ ਹੋ ਸਾਨੂੰ ਆਉਣ ਦਾ ਕੋਈ ਹੁਣ ਸਾਨੂੰ ਸਿਖਾਉਂਦਾ ਬਾਦਲ ਸਾਨੂੰ ਇਹ ਸਿਖਾ ਰਹੇ ਕਿ ਖੇਤੀ ਕਰੀ ਕਿਵੇਂ ਕਰੀ ਜਾਂਦੀ ਹੈ ਅਸੀਂ 40-40 ਸਾਲ ਦੇ ਹੋ ਗਏ 20-20 ਸਾਲ ਦੀ ਬਾਹੀ ਕਰਨ ਲੱਗੇ 20-20 ਸਾਲ ਹੋ ਗਏ ਸਾਨੂੰ ਬਾਹੀ ਕਰਦੇ ਬੱਚੇ ਬੱਚੇ ਆਹ ਮੁੰਡਾ 50 ਸਾਲ ਦੀ ਉਮਰ ਇਹਨੂੰ ਨਿਕਾ ਜਿਹਾ ਪਿਓ ਮਰ ਗਿਆ ਹੁੰਦਾ ਡਬਲ ਰੁਪਈਏ ਲੈ ਤੇ ਕੰਪਨੀਆਂ ਵਾਲਿਆਂ ਤੋਂ ਬਾਦਲ ਨੇ ਨਿਹਰਾ ਪਾਣੀ ਵੇਚ ਰਿਹਾ ਦਵਾਈ ਚ ਕੋਈ ਅਸਰ ਨਹੀਂ ਦੱਜਾਵਾਂ ਡੱਕਾ ਪੂਰਾ ਵੀ ਦਵਾਈ ਜੀ ਅੱਗੇ ਸੀ ਦਵਾਈਆਂ ਛਿੜਕਦੇ ਸਾਡੇ ਜ਼ਿੰਮੇਦਾਰਾਂ ਨੂੰ ਇੱਕ ਇੱਕ ਦੋ ਨੂੰ ਸਪਰੇਹਾਂ ਚੜ ਜਾਂਦੀਆਂ ਕਿਸਾਨ ਬਣੀ ਤਾਂ ਕੁਛ ਸੋਚਿਆ ਹੀ ਨੀ ਵੀ ਕੀ ਗੱਲ ਮੈਂ ਹੁਣ ਇੱਕ ਦੋ ਦਿਨ ਤੱਕ ਸਾਰੀ ਫਿਲਮ ਬਣਾ ਕੇ ਹਿੰਦੁਸਤਾਨ ਦੇ ਜਿਹੜੇ 750 MP ਹੈ 550 ਦੇ ਕਰੀਬ ਲੋਕ ਸਭਾ ਦੇ ਹੈਗੇ 250 ਦੇ ਕਰੀਬ ਰਾਜ ਸਭਾ ਦੇ ਹੈਗੇ ਉਹਨਾਂ ਸਭ ਨੂੰ ਚਿੱਠੀਆਂ ਲਿਖਣੀਆਂ ਹੈਗੀਆਂ ਕਿ ਪੰਜਾਬ ਦੇ ਕਿਸਾਨਾਂ ਦਾ ਇਹ ਹਾਲ ਹੈ ਅਸੀਂ ਇਲਾਕੇ ਦਾ ਦੌਰਾ ਕੀਤਾ ਇਲਾਕੇ ਦੇ ਤਬਾਹੀ ਮੱਚ ਗਈ ਹੈਗੀ ਹੈ ਕਿਸਾਨ 5-5 ਸਾਲ ਰਾਸ ਨਹੀਂ ਆ ਰਹੇ ਤਿੰਨ ਬੰਦੇ ਤਾਂ ਰੋਜ਼ ਦੀ ਖੁਦਕਸ਼ੀ ਦਾ ਨਰਮਾ ਹਰ ਕੇ ਗੱਪ ਮਾਰਦੇ ਨੇ ਠੀਕ ਹੈ ਜੀ ਲਿਆਵਾਂਗੇ ਕੁਛ ਨਾ ਕੁਛ ਠੀਕ ਹੈ ਪੈਸੇ ਲੈਣ ਦੇ ਮਾਰੇ ਜਵਾਕ ਜਿਲੇ ਪਲਣ ਦੇ ਮਾਰੇ ਬਿਲਕੁਲ ਜੀ ਹਰ ਕੇ ਗੱਪ ਸੱਪ ਮਾਰ ਕੇ ਨਾ ਤਾਂ ਭਾਈ ਜਵਾਕ ਨੂਣ ਮਿਰਚ ਹੋ ਗਏ ਪੈਸੇ ਲਿਆਉਣੇ ਠੀਕ ਹੈ ਗੱਲ ਜਿਹਨੂੰ ਜਿਹੜਾ ਨਰਮਾ ਮਰ ਗਿਆ ਉਹਨੂੰ ਪੈਸੇ
ਕਿਸਾਨ ਦੁਖੀ ਸਰਕਾਰ ਮੁਰਦਾਬਾਦ, ਕਿਸਾਨਾਂ ਦੇ ਏਕਤਾ ਜਿੰਦਾਬਾਦ, ਦੋਨਾਂ ਦਾ ਪੂਰਾ ਮੁਆਵਜ਼ਾ ਦਿਓ, ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁਆਵਜ਼ਾ ਦਿਓ। ਕਰਜ਼ੇ ਵੱਧ ਜਾਣਗੇ, ਪਹਿਲੀ ਤਰ੍ਹਾਂ ਕਰਜ਼ੇ ਪਹਿਲਾਂ ਨੀ ਉਤਰੇ ਹੈਗੇ, ਕਦੀ ਕੋਈ ਬਣ ਗਿਆ ਕਿਸਾਨ ਤੱਕ ਕੁਦਰਤੀ ਆਫ਼ਤਾਂ ਨਾ ਮਾਰਿਆ, ਮੀਹਾਂ ਨੇ ਹਨੇਰੀਆਂ ਨੂੰ ਗੜਿਆ ਨੇ, ਆਹ ਦਵਾਈਆਂ ਦੇ ਸਪਰੇ ਗਲਤ ਸਪਰੇ ਨੇ ਜਿਹੜੇ ਘਟੀਆਂ ਦਵਾਈਆਂ ਸਰਕਾਰ ਨੇ ਦਿੱਤੀਆਂ ਜਾਂ ਦੁਕਾਨਾਂ ਤੇ ਪਈਆਂ, ਦੂਜਾ ਸਰਕਾਰ ਮਾਰ ਰਹੀ ਹੈ। ਇਹਦੇ ਖਿਲਾਫ਼ ਅਸੀਂ ਆਵਾਜ਼ ਬੁਲੰਦ ਕਰਨ ਲੱਗੇ ਹਾਂ ਜੀ, ਸਾਰੇ ਮੈਂਬਰਾਂ ਨੂੰ ਮਿਲਣ ਲੱਗੇ ਹੈਗੇ, ਤੁਹਾਡੇ ਪਿੰਡਾਂ 'ਚ ਤਾਂ ਹੀ ਅਸੀਂ ਆਏ ਸੀ। ਭੋਲਾ ਸਿੰਘ ਸੋਨੀ ਮੇਰੇ ਬਹੁਤ ਪੁਰਾਣੇ ਦੋਸਤ ਹੈਗੇ, ਇਹ ਫਿਰ ਅਸੀਂ ਇਕੱਠੇ ਰਹੇ ਬਹੁਤ 30-40 ਸਾਲ ਤੋਂ ਲੋਕਾਂ ਦੇ ਵਾਸਤੇ, ਜੋ ਵੀ ਲੋਕਾਂ ਦੇ ਮਸਲੇ ਹੁੰਦੇ ਸੀਗੇ ਲਗਾਤਾਰ ਅਸੀਂ ਸੰਘਰਸ਼ ਕਰਦੇ ਰਹੇ ਹਾਂ, ਮਿਲ ਜੁਲ ਕੇ ਲੜਦੇ ਰਹੇ ਹਾਂ, ਚਾਹੇ ਕਿਸਾਨ ਜਥੇਬੰਦੀਆਂ ਹੋਣ, ਚਾਹੇ ਪੜ੍ਹਨ ਵੇਲੇ ਹੋਵੇ, ਚਾਹੇ ਬਾਅਦ 'ਚ ਹੋਵੇ ਜੀ, ਅਤੇ ਉਹਦੇ ਸਿਲਸਿਲੇ ਤੌਰ 'ਤੇ ਤੁਹਾਡੇ ਕੋਲ ਪਹੁੰਚ ਕੀਤੀ ਹੈ। ਇੱਕ ਤਾਂ ਹਲਕਾ ਦੇਖਣਾ ਸਾਰਾ ਹੀ, ਮੈਂ ਥੋੜ੍ਹਾ ਸਾਨੂੰ ਇੱਕ ਦੋ ਖੇਪ ਦਿਖਾ ਦਿਓ, ਤਾਂ ਕਿ ਇਹਦੀ ਜਿਹੜੀ ਵੀਡੀਓ ਫਿਲਮ ਇਹ ਵੀ ਅਸੀਂ 400-500 ਕਾਪੀਆਂ ਕਰਾ ਕੇ ਸਾਰੇ ਹਿੰਦੁਸਤਾਨ 'ਚ ਭੇਜਣੀ ਹੈ ਸਾਰੇ ਪਾਸੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿੰਨੀ ਵੱਡੀ ਤਬਾਹੀ ਹੋਈ ਹੈਗੀ। ਆ ਗਿਆ ਜੀ, ਬਿਲਕੁਲ ਪੱਤੇ ਨੂੰ ਫੋਕਸ ਕਰ ਲੈ ਚਲੋ।